ਟੈਲੀਪੋਸਟ ਪੰਜਾਬੀ ਮੈਸ ਨੇ ਨਾ ਲੁਟੇਰਿਆਂ ਦੇ ਵੱਲੋਂ ਚਿੱਟੇ ਦਿਨ ਹੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੱਸ ਦਈਏ ਕਿ ਫਰੀਦਕੋਟ ਦੇ ਪੋਸ਼ ਇਲਾਕੇ ਦੇ ਵਿੱਚ 1:30 ਵਜੇ ਦੇ ਕਰੀਬ ਲੁਟੇਰਿਆਂ ਦੇ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਨੈੱਟ ਠੀਕ ਕਰਨ ਦੇ ਬਹਾਨੇ ਜਿਹੜੇ ਲੁਟੇਰੇ ਘਰ ਦੇ ਅੰਦਰ ਦਾਖਲ ਹੋ ਕੇ ਨੌਕਰਾਣੀ ਨੂੰ ਧੱਕਾ ਮਾਰ ਕੇ ਘਰ ਦੇ ਅੰਦਰ ਦਾਖਲ ਹੁੰਦੇ ਨੇ। ਉਸ ਤੋਂ ਬਾਅਦ ਘਰ ਦੀ ਮਹਿਲਾ ਨੂੰ ਬੰਧਕ ਬਣਾਇਆ ਜਾਂਦਾ। ਇੱਥੋਂ ਤੱਕ ਨੌਕਰਾਣੀ ਨੂੰ ਵੀ ਜਿਹੜਾ ਇਹਨਾਂ ਲੁਟੇਰਿਆਂ ਵੱਲੋਂ ਬੰਧਕ ਬਣਾਇਆ ਜਾਂਦਾ। ਉਹਨਾਂ ਤੋਂ ਬਾਅਦ ਜਿਹੜੀਆਂ ਚਾਬੀਆਂ ਜਿਹੜੀਆਂ ਫੜੀਆਂ ਜਾਂਦੀਆਂ ਨੇ, ਚਾਬੀਆਂ ਫੜ ਕੇ ਜਿਹੜੀ ਸਾਰੀ ਨਗਦੀ ਲਈ ਜਾਂਦੀ ਹੈ। 15 ਤੋਂ 16 ਲੱਖ ਦੇ ਕਰੀਬ ਜਿਹੜੀ ਨਗਦੀ ਦੱਸੀ ਜਾ ਰਹੀ ਕਿ ਲੁਟੇਰੇ ਚੁੱਕ ਕੇ ਜਿਹੜੇ ਰਫੂ ਚੱਕਰ ਹੋ ਜਾਂਦੇ ਨੇ। ਇੱਥੋਂ ਤੱਕ ਮਹਿਲਾ ਦੇ ਗਹਿਣੇ ਤੇ ਘਰ ਦੇ ਵਿੱਚ ਪਿਆ 20 ਤੋਲੇ ਸੋਨਾ ਲੈ ਕੇ ਜਿਹੜਾ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤੇ ਤਸਵੀਰਾਂ ਜਿਹੜੀਆਂ ਨੇ ਫਰੀਦਕੋਟ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਦਿਨ ਦਿਹਾੜੇ ਲੁਟੇਰਿਆਂ ਦੇ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੱਸ ਦਈਏ ਕਿ ਔਰਤ ਦੇ ਵੱਲੋਂ ਜਿਹੜਾ ਚਾਬੀਆਂ ਦੇਣ ਦਾ ਵਿਰੋਧ ਕੀਤਾ ਜਾ ਰਿਹਾ ਸੀ, ਉਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਹ ਚਾਬੀਆਂ ਨਹੀਂ ਦੇਵੇਗੀ। ਤੇ ਇੱਥੋਂ ਤੱਕ ਫਿਰ ਲੁਟੇਰਿਆਂ ਦੇ ਵੱਲੋਂ ਜਿਹੜਾ ਔਰਤ ਤੇ ਕਿਰਚਾਂ ਤੱਕ ਮਾਰੀਆਂ ਗਈਆਂ। ਤੇ ਉਸ ਤੋਂ ਬਾਅਦ ਜਿਹੜੇ ਇਹ ਲੁਟੇਰੇ ਆ 15 ਤੋਂ 16 ਲੱਖ ਰੁਪਏ ਦੀ ਨਗਦੀ, ਮਹਿਲਾ ਦੇ ਗਹਿਣੇ, ਘਰ ਦੇ ਵਿੱਚ ਪਿਆ 20 ਤੋਲੇ ਸੋਨਾ ਲੈ ਕੇ ਜਿਹੜਾ ਮੌਕੇ ਤੇ ਰਫੂ ਚੱਕਰ ਹੋ ਜਾਂਦੇ ਨੇ। ਤੇ ਲੁਟੇਰਿਆਂ ਦੀਆਂ ਤਸਵੀਰਾਂ ਜਿਹੜੀਆਂ ਨੇ ਕੈਮਰੇ ਦੇ ਵਿੱਚ ਵੀ ਕੈਦ ਹੋਈਆਂ ਨੇ। ਤੇ ਪੁਲਿਸ ਦੇ ਵੱਲੋਂ ਲਗਾਤਾਰ ਇਹਨਾਂ ਲੁਟੇਰਿਆਂ ਦੀ ਭਾਲ ਦੇ ਲਈ ਜਿਹੜੀ ਛਾਪੇਮਾਰੀ ਕੀਤੀ ਜਾ ਰਹੀ ਹੈ। ਸੋ ਫਰੀਦਕੋਟ ਦੇ ਪੋਸ਼ ਇਲਾਕੇ ਦੇ ਵਿੱਚ ਲੁੱਟ ਦੀ ਵੱਡੀ ਵਾਰਦਾਤ ਵਾਪਰਦੀ ਹੈ। 3 ਲੁਟੇਰੇ ਜਿਹੜੇ ਨਕਾਬਪੋਸ਼ ਲੁਟੇਰੇ ਘਰ ਦੇ ਅੰਦਰ ਦਾਖਲ ਹੁੰਦੇ ਨੇ। ਘਰ ਦੇ ਅੰਦਰ ਦਾਖਲ ਹੋਣ ਤੋਂ ਪਹਿਲਾਂ ਜਿਹੜਾ ਕਿਹਾ ਜਾਂਦਾ ਹੈ ਕਿ ਉਹ ਨੈੱਟ ਠੀਕ ਕਰਨ ਵਾਲੇ ਨੇ। ਨੈੱਟ ਠੀਕ ਕਰਨ ਦੇ ਬਹਾਨੇ ਜਿਹੜਾ ਘਰ ਦੇ ਅੰਦਰ ਦਾਖਲ ਹੁੰਦੇ ਨੇ, ਫਿਰ ਘਰ ਦੀ ਮਹਿਲਾ ਨੂੰ ਬੰਧਕ ਬਣਾਇਆ ਜਾਂਦਾ। ਉਸ ਤੋਂ ਬਾਅਦ ਨੌਕਰਾਣੀ ਨੂੰ ਵੀ ਜਿਹੜਾ ਬੰਧਕ ਬਣਾਇਆ ਜਾਂਦਾ। ਤੇ ਚਾਬੀਆਂ ਉਹਨਾਂ ਦੇ ਵੱਲੋਂ ਜਿਹੜੀਆਂ ਲਈਆਂ ਜਾਂਦੀਆਂ ਨੇ, ਅਲਮਾਰੀਆਂ ਦੀਆਂ ਚਾਬੀਆਂ ਜਿਹੜੀਆਂ ਲਈਆਂ ਜਾਂਦੀਆਂ ਨੇ। ਉਸ ਤੋਂ ਬਾਅਦ ਜਿਹੜਾ ਸਾਰਾ ਜਿਹੜਾ ਘਰ ਦੇ ਉੱਤੇ ਹੱਥ ਜਿਹੜਾ ਸਾਫ਼ ਕੀਤਾ ਜਾਂਦਾ ਹੈ। ਸੋ ਇਸ ਵਾਰਦਾਤ ਦੇ ਦੌਰਾਨ ਇਹ ਲੁਟੇਰੇ ਜਿਹੜੇ ਆ 15 ਤੋਂ 16 ਲੱਖ ਰੁਪਏ ਦੀ ਨਗਦੀ, ਮਹਿਲਾ ਦੇ ਗਹਿਣੇ ਤੇ ਘਰ ਦੇ ਵਿੱਚ ਪਿਆ 20 ਤੋਲੇ ਸੋਨਾ ਚੁੱਕ ਕੇ ਜਿਹੜਾ ਰਫੂ ਚੱਕਰ ਹੋ ਜਾਂਦੇ ਨੇ। ਸੋ ਪੁਲਿਸ ਦੇ ਵੱਲੋਂ ਲਗਾਤਾਰ ਜਿਹੜੀ ਆ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੋ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹਨਾਂ ਲੁਟੇਰਿਆਂ ਦੇ ਵੱਲੋਂ ਤਸੱਲੀ ਦੇ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ। 1 ਘੰਟੇ ਤੱਕ ਜਿਹੜੇ ਲੁਟੇਰੇ ਆ ਫਰੋਲਾ ਫਰਾਲੀ ਜਿਹੜੇ ਆ ਕਰਦੇ ਰਹਿੰਦੇ ਨੇ ਘਰ ਦੇ ਵਿੱਚ। ਉਸ ਤੋਂ ਬਾਅਦ ਉਹਨਾਂ ਦੇ ਹੱਥ ਜਿਹੜੇ ਆ ਕਹਿ ਸਕਦੇ ਆ ਕਿ ਕਾਮਯਾਬੀ ਲੁੱਟਦੀ ਵਾਰਦਾਤ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ। ਤੇ ਵਾਰਦਾਤ ਨੂੰ ਅੰਜਾਮ ਦਿੰਦੇ ਜਿਹੜੇ ਆ ਮੌਕੇ ਤੋਂ 15 ਤੋਂ 16 ਲੱਖ ਰੁਪਏ ਦੀ ਨਗਦੀ, ਮਹਿਲਾ ਦੇ ਗਹਿਣੇ, ਘਰ ਦੇ ਵਿੱਚ ਪਿਆ 20 ਤੋਲੇ ਦਾ ਸੋਨਾ ਜਿਹੜਾ ਚੁੱਕ ਕੇ ਫਰਾਰ ਹੋ ਜਾਂਦੇ ਨੇ। ਸੋ ਫਰੀਦਕੋਟ ਤੋਂ ਇਹ ਤਸਵੀਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ। ਫਰੀਦਕੋਟ ਦੇ ਵਿੱਚ ਇਹ ਜੋ ਲੁੱਟ ਦੀ ਵਾਰਦਾਤ ਵਾਪਰੀ ਹੈ, ਇਹ ਨਕਾਬਪੋਸ਼ ਲੁਟੇਰੇ ਜਿਹੜੇ ਆ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਏ ਨੇ। ਸੋ ਘਰ ਦੀ ਮਾਲਕ ਮਹਿਲਾ ਦੇ ਵੱਲੋਂ ਜਿਹੜਾ ਲਗਾਤਾਰ ਕਿਹਾ ਜਾ ਰਿਹਾ ਕਿ ਇਹਨਾਂ ਲੁਟੇਰਿਆਂ ਦੀ ਜਲਦ ਤੋਂ ਜਲਦ ਜਿਹੜੀ ਭਾਲ ਕੀਤੀ ਜਾਵੇ, ਤੇ ਜੋ ਸਮਾਨ ਉਸਦਾ ਲੁਟੇਰੇ ਚੁੱਕ ਕੇ ਫਰਾਰ ਹੋਏ ਨੇ ਉਸਦੀ ਜਲਦ ਤੋਂ ਜਲਦ ਰਿਕਵਰੀ ਕੀਤੀ ਜਾਵੇ। ਸੋ ਪੁਲਿਸ ਦੇ ਵੱਲੋਂ ਵੀ ਲਗਾਤਾਰ ਸੀਸੀਟੀਵੀ ਕੈਮਰੇ ਜਿਹੜੇ ਖੰਗਾਲੇ ਜਾ ਰਹੇ ਨੇ ਤਾਂ ਜੋ ਇਹਨਾਂ ਲੁਟੇਰਿਆਂ ਤੇ ਜਿਹੜੀ ਨਕੇਲ ਕੱਸੀ ਜਾਵੇ, ਇਹਨਾਂ ਲੁਟੇਰਿਆਂ ਨੂੰ ਫੜ ਕੇ ਇਹਨਾਂ ਤੋਂ ਜਿਹੜੀ ਬਰਾਮਦਗੀ ਕੀਤੀ ਜਾਵੇ। ਸੋ ਫਰੀਦਕੋਟ ਦੇ ਵਿੱਚ ਵੱਡੀ ਲੁੱਟਦੀ ਵਾਰਦਾਤ ਵਾਪਰੀ ਆ। 1:30 ਵਜੇ ਦੇ ਕਰੀਬ ਜਿਹੜੇ ਆ ਇਹ ਲੁਟੇਰੇ ਘਰ ਦੇ ਬਾਹਰ ਵੱਲੋਂ ਦਰਵਾਜ਼ਾ ਖੜਕਾਇਆ ਜਾਂਦਾ। ਉਸ ਤੋਂ ਬਾਅਦ ਕਹਿੰਦੇ ਨੇ ਕਿ ਉਹ ਨੈੱਟ ਠੀਕ ਕਰਨ ਵਾਲੇ ਨੇ, ਤੇ ਇਸੇ ਦੌਰਾਨ ਘਰ ਦੀ ਨੌਕਰਾਣੀ ਨੂੰ ਧੱਕਾ ਮਾਰ ਕੇ ਘਰ ਦੇ ਅੰਦਰ ਦਾਖਲ ਹੁੰਦੇ ਨੇ। ਤੇ ਉਸ ਤੋਂ ਬਾਅਦ ਘਰ ਦੀ ਮਹਿਲਾ ਤੇ ਨੌਕਰਾਣੀ ਨੂੰ ਦੋਨਾਂ ਨੂੰ ਬੰਧਕ ਬਣਾਇਆ ਜਾਂਦਾ। ਜਦੋਂ ਮਹਿਲਾ ਦੇ ਵੱਲੋਂ ਇਸ ਚੀਜ਼ ਦਾ ਵਿਰੋਧ ਕੀਤਾ ਜਾਂਦਾ, ਚਾਬੀਆਂ ਦੇਣ ਤੋਂ ਮਨਾ ਕੀਤਾ ਜਾਂਦਾ, ਤੇ ਔਰਤ ਇੱਥੋਂ ਤੱਕ ਇਹਨਾਂ ਲੁਟੇਰਿਆਂ ਦੇ ਵੱਲੋਂ ਕਿਰਚਾਂ ਮਾਰੀਆਂ ਜਾਂਦੀਆਂ ਨੇ। ਸੋ ਇਹਨਾਂ ਲੁਟੇਰਿਆਂ ਦੀਆਂ ਤਸਵੀਰਾਂ ਜਿਹੜੀਆਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ, ਇੱਕ ਵਾਰ ਜ਼ਰਾ ਤੁਸੀਂ ਵੀ ਸੁਣੋ ਪੀੜਤ ਮਹਿਲਾ ਤੇ ਉਸਦੇ
ਪਤੀ ਦਾ ਇਸ ਬਾਬਤ ਕੀ ਕੁਛ ਕਹਿਣਾ ਹੈ? ਮੈਡਮ ਕਿੰਨੇ ਜਣੇ ਸੀਗੇ? ਤਿੰਨ ਜਣੇ ਥੇ। ਅੱਛਾ, ਕੈਸੇ ਆਏ ਹੋ ਯੇ ਪਤਾ ਹੈ ਆਪਕੋ? ਕੁਛ ਨਹੀਂ, ਮੈਂ ਯਹਾਂ ਪੇ ਲੇਟੀ ਹੋਈ ਥੀ ਔਰ ਬਾਹਰ ਮੇਡ ਕਾਮ ਕਰ ਰਹੀ ਥੀ ਤੋ ਦਰਵਾਜ਼ਾ ਖੁੱਲ੍ਹਾ ਕਰਕੇ ਜੀ ਵੋ ਬੰਦ ਨਹੀਂ ਥੀ ਕੁੰਡੀ ਜੀ ਤੋ ਕਾਮ ਕਰ ਰਹੀ ਥੀ ਉਸਕੋ ਆਏ ਔਰ ਉਸਕੀ ਗਨ ਰੱਖ ਲਈ ਮੇਡ ਕੇ ਤੋ ਉਸਕੋ ਅੰਦਰ ਲੈ ਆਏ ਤੇ ਮੈਨੂੰ ਅੰਦਰ ਆ ਕੇ ਕਹਿੰਦੇ ਨੈਟਫਲਿਕਸ ਵਾਲੇ ਆ, ਨੈਟਫਲਿਕਸ ਵਾਲੇ ਆ। ਤੇ ਮੈਂ ਕਿਹਾ ਨੈਟਫਲਿਕਸ ਵਾਲੇ ਕਿਉਂ ਅੰਦਰ ਆਏ? ਸਾਡਾ ਤਾਂ ਨੈਟ ਠੀਕ ਹੈ, ਭਜਾ ਇਹਨਾਂ ਨੂੰ, ਭਜਾ ਇਹਨਾਂ ਨੂੰ। ਫਿਰ ਵੀ ਭੱਜ ਨਹੀਂ ਰਹੇ ਸੀ, ਖੜੇ ਰਹੇ ਤੇ ਮੈਂ ਖੜੀ ਹੋਈ। ਮੈਂ ਕਿਹਾ ਕੌਣ ਹੈ, ਭੱਜੋ ਤੁਸੀਂ, ਸਾਡਾ ਤਾਂ ਨੈਟ ਠੀਕ ਹੈ। ਭੱਜਣ ਦੀ ਤਾਂ ਉਹਨਾਂ ਨੇ ਮੈਨੂੰ ਮੌਕਾ ਨਹੀਂ ਦਿੱਤਾ, ਮੇਰਾ ਤਾਂ ਉਹਨਾਂ ਨੇ ਆਏ ਪਕੜ ਕੇ ਮੂੰਹ ਹੀ ਪਕੜ ਲਿਆ ਜੀ ਆ ਕੇ ਤਿੰਨਾਂ ਨੇ, ਤਿੰਨਾਂ ਨੇ ਐਸੇ ਪਕੜ ਕੇ ਮੇਰੇ ਪਕੜ ਕੇ ਤੋ ਨਾ ਮੇਰੇ ਯਹਾਂ ਪੇ ਮਾਰੀ ਇਹ ਚੀਜ਼ਾਂ ਜੀ। ਪਹਿਲੇ ਆਤੇ ਇਹਨਾਂ ਨੇ ਇਹ ਮਾਰੀ, ਫਿਰ ਇਹ ਦੇਖੋ ਇਹ ਸਾਰੀ ਉਂਗਲ ਕੱਟਦੀ, ਉਂਗਲ ਕੱਟਦੀ ਔਰ ਇਸਪੇ ਕੱਟਦੀ ਔਰ ਇਸਪੇ ਕੱਟ ਮਾਰੇ। ਇਹ ਦੇਖੋ ਕਿਆ ਕਿਆ ਥਾ ਉਨਕੇ ਪਾਸ ਵੈਪਨ? ਕਟਾਰੀ, ਇੱਕ ਲੰਬੀ ਵਾਲੀ ਕਟਾਰੀ ਥੀ, ਇੱਕ ਐਸੇ ਵਾਲੀ ਗੋਲ ਕਟਾਰੀ ਨਹੀਂ ਹੁੰਦੀ ਜੀ, ਵੋ ਔਰ ਇੱਕ ਪਿਸਤਲ। ਪਿਸਤਲ ਥੀ? ਤੀਨ ਤੀਨ ਵਿਅਕਤੀ ਥੇ? ਤੀਨ ਤੀਨ ਵਿਅਕਤੀ। ਉਹਨਾਂ ਨੇ ਕੋਈ ਚਿਹਰੇ ਢਕੇ ਹੋਏ ਥੇ ਜਾਂ ਖੁੱਲੇ? ਚਿਹਰੇ ਢਕੇ ਹੋਏ ਥੇ, ਦਾੜੀ ਵਗੈਰਾ ਵਾਲੇ ਥੇ, ਮਤਲਬ ਬੀਚ ਮੇ ਚਿਹਰੇ ਉਨਕੇ ਨੰਗੇ ਵੀ ਹੋ ਰਹੇ ਥੇ, ਉੱਪਰ ਐਸੇ ਪਟਕਾ ਬੰਨਾ ਹੁਆ ਥਾ, ਗੂਗਲਸ ਡਾਲੇ ਹੋਏ ਥੇ। ਓਕੇ, ਤੋ ਆਪਕੇ ਜਬ ਚੋਟ ਲਗਾਈ ਹੈ ਤੋ ਉਸਕੇ ਬਾਅਦ ਕਿਆ ਕੀਆ? ਉਸਕੇ ਬਾਅਦ ਕਿਆ ਕੀਆ? ਮੇਰੇ ਕੋ ਕਹਤੇ ਯਹਾਂ ਬੈਠ ਜਾ, ਜੇ ਹਿੱਲੀ ਨਾ ਤਾਂ ਪੇਟ ਚ ਕਟਾਰੀ ਮਾਰਾਂਗੇ ਜੀ, ਜੇ ਹਿੱਲ ਗਈ ਤਾਂ। ਤੂੰ ਮੈਨੂੰ ਇੱਥੇ ਬਿਠਾ ਤਾ ਤੇ ਮੇਰੇ ਖੂਨ ਹੀ ਖੂਨ, ਖੂਨ ਹੀ ਖੂਨ ਆਈ ਗਿਆ। ਮੈਂ ਕਿਹਾ ਵੀ ਮੇਰੇ ਖੂਨ ਆ ਰਿਹਾ, ਮੈਨੂੰ ਕਮ ਸੇ ਕਮ ਉਹ ਦੇ ਦਿਓ ਪੱਟੀ। ਤੇ ਉਹਨਾਂ ਨੇ ਮੇਰੇ ਕੋ ਇਹ ਦੇ ਦੀ, ਇਹ ਖੂਨ ਕਾ ਇਹ ਦੇ ਦੀ ਹੈ, ਇਹ ਬੱਦੀਆਂ, ਇਹ ਗਰਮ ਪੱਟੀ। ਫਿਰ ਮੇਰੇ ਕੋ ਨਾ ਬਾਹਰ ਗਏ ਔਰ ਕੁਛ ਘੋਲ ਘੁਲ ਕੇ ਮੈਨੂੰ ਕਹਿੰਦੇ ਆ ਪੀ। ਮੈਂ ਕਿਹਾ ਮੈਂ ਨਹੀਂ ਪੀਂਦੀ, ਪਤਾ ਨਹੀਂ ਕੀ ਹੈ, ਤੇ ਮੈਨੂੰ ਜ਼ਬਰਦਸਤੀ ਮੁਝੇ ਪਿਲਾ ਦਿਆ ਜੀ। ਉਸਕੇ ਬਾਅਦ, ਉਸਕੇ ਬਾਅਦ ਕਿਆ ਕੁਛ ਹੁਆ? ਉਸਕੇ ਬਾਅਦ ਕਿਆ, ਹਾਂ ਮੇਰੇ ਮਾਰੀ ਗਏ ਪਿੱਠੇ ਵੇ, ਚਾਬੀ ਦੱਸ, ਚਾਬੀ ਦੱਸ, ਚਾਬੀ ਦੱਸ। ਕਿ ਬਾਅਦ ਕੁਛ ਆਪਕੋ ਕੋਈ ਬੇਹੋਸ਼ੀ ਵਗੈਰਾ ਜਾਂ ਕੁਛ? ਉਸ ਵਕਤ ਨਹੀਂ ਹੋਈ, ਉਸ ਵਕਤ ਨਹੀਂ ਹੋਈ ਕੋਈ ਬੇਹੋਸ਼ੀ, ਉਸ ਵਕਤ ਕੋਈ ਅਬ ਹੋ ਰਹੀ ਹੈ, ਉਸਕਾ ਨਸ਼ਾ ਚੜ ਰਿਹਾ। ਤੋ ਕਿਆ ਕਿਆ ਅੰਦਰ ਕੈਸੇ ਆਪ? ਮੁਝੇ ਕਹਤੇ ਜੀ ਅਲਮਾਰੀਓ ਕੀ ਚਾਬੀ ਦੇ। ਮੈਂ ਕਿਹਾ ਇਸ ਅਲਮਾਰੀ ਕੀ ਚਾਬੀ ਮੇਰੇ ਪਾਸ ਨਹੀਂ ਹੈ। ਪਹਿਲੇ ਤਾਂ ਕਹਿੰਦੇ ਆ ਕੜੇ ਲਾ ਆਪਦੇ, ਕੜੇ ਪਾਏ ਹੋਏ ਥੇ ਮੈਂ, ਕੜੇ ਲਾ ਕੇ ਦੋਨੋਂ ਕੜੇ ਲੈ ਗਏ ਲਾ ਕੇ। ਤੇ ਮੈਨੂੰ ਕਹਿੰਦੇ ਅਲਮਾਰੀ ਦੀ ਚਾਬੀ ਦੇ। ਮੈਂ ਕਿਹਾ ਅਲਮਾਰੀ ਦੀ ਚਾਬੀ ਨਾ ਮੇਰੇ ਹਸਬੈਂਡ ਨਾਲ ਹੀ ਲੈ ਜਾਂਦੇ ਆ, ਵੀ ਕਹਿੰਦੇ ਨਹੀਂ ਨਾਲ ਨਹੀਂ ਲੈ ਕੇ ਜਾਂਦੇ, ਅਲਮਾਰੀ ਚਾਬੀ ਘਰੇ ਹੋਊਗੀ। ਤੇ ਚਲੇ ਗਏ, ਫਿਰ ਸਾਰਾ ਘਰ ਖਿਲਾਰਤਾ, ਕਿਤੇ ਨਾ ਕਿਤੇ ਤਾਂ ਹੋਊਗੀ ਹੋਊਗੀ ਹੋਊਗੀ। ਫਿਰ ਮੇਰੇ ਕੋਲ ਆ ਗਏ, ਕਹਿੰਦੇ ਮਾਰੋ ਇਹਨੂੰ, ਚਾਬੀ ਨਹੀਂ ਨਾ ਦੱਸਦੀ, ਗੋਲੀ ਟਪਾ ਦੇ ਇਹਦੇ। ਤੇ ਮੈਂ ਕਿਹਾ ਮੈਂ ਸੱਚੀ ਕਹਿੰਦੀ ਹਾਂ, ਮੇਰੇ ਕੋਲ ਚਾਬੀ ਨਹੀਂ ਹੈਗੀ। ਤੋ ਦੂਜਾ ਮੁੰਡਾ ਬੋਲਿਆ ਮਾਰ ਦੇ ਇਹਨੂੰ, ਨਹੀਂ ਦੱਸਦੀ ਨਾ ਚਾਬੀ, ਮਾਰ ਦੇ। ਫਿਰ ਮੈਂ ਕਿਹਾ, ਮੈਂ ਕਿਹਾ ਮੈਨੂੰ ਮਾਰੋ ਨਾ, ਮੇਰੇ ਬੱਚੇ ਛੋਟੇ ਛੋਟੇ ਹੈ, ਤੁਸੀਂ ਮੈਨੂੰ ਮਾਰੋ ਨਾ। ਫਿਰ ਉੱਧਰ ਚਲੇ ਗਏ, ਉਹ ਮੇਡ ਹੈ ਨਾ, ਮੇਡ ਉਹਨੂੰ ਲੈ ਕੇ ਚਲੇ ਗਏ, ਕਹਿੰਦੇ ਹੁਣ ਆ ਮੇਡ ਨੂੰ ਮਾਰਦੇ ਆ ਤੇਰੀ। ਫਿਰ ਮੇਡ ਨੂੰ ਲੈ ਗਏ, ਉਹ ਤੋਂ ਪੁੱਛਿਆ ਚਾਬੀਆਂ ਕਿੱਥੇ ਕਿੱਥੇ, ਉਹਨੇ ਕੀ ਦੱਸਿਆ ਕਿ ਉਧਰ ਕਾ, ਮੇਰੇ ਕੋਲ ਕੁਛ ਨਹੀਂ ਪਤਾ। ਆਪਕੋ ਆਈਡੀਆ ਹੈ ਕਿਆ ਕਿਆ ਲੈ ਕੇ ਗਏ? ਹਾਂ ਆਈਡੀਆ ਹੈ, ਕਿਆ ਕਿਆ ਲੈ ਗਏ? ਕੈਸ਼ ਤਾਂ ਸਾਰਾ ਲੈ ਗਏ। ਅੱਛਾ ਜੀ, ਅਪਰੋਕਸੀਮੇਟਲੀ ਕਿੰਨਾ ਹੋਗਾ? 9000 ਅਪਰੋਕਸੀਮੇਟਲੀ ਦੱਸ ਦਿਓ। ਮੇਰੇ ਕੜੋਂ ਕੀ ਜੋੜੀਆਂ, ਇੱਕ 8 ਤੋਲੇ ਕੀ ਥੀ, ਇੱਕ 5 ਤੋਲੇ ਕੀ ਥੀ, ਵੋ ਲੈ ਗਏ, ਸਾਰੀਆਂ ਰਿੰਗਸ ਲੈ ਗਏ ਸੋਨੇ ਕੀ, ਸਾਰੇ ਸੈੱਟ ਲੈ ਗਏ ਔਰ 17-18 ਲੱਖ ਕੇ ਆਸ ਪਾਸ ਲੈ ਗਏ। ਔਰ ਇਧਰ ਸੇ ਵੀ ਲੈ ਕੇ ਗਈ ਹਾਂ, ਯਹਾਂ ਪੇ ਵੀ ਥਾ 50-60 ਹਜ਼ਾਰ, ਈਵਨ ਕਿ 10-10 ਰੁਪਏ ਇੱਕ ਚੀਜ਼ ਲੈ ਗਏ। ਫਿਰ ਆਪਕੋ ਆਪਣੇ ਕੈਸੇ ਬਤਾਇਆ ਬਾਰ ਲੋਕੋ ਕੋ, ਆਪਕੋ ਤੋ ਬਾਂਧ ਕੇ ਚਲੇ ਗਏ? ਮੇਰੇ ਕੋ ਬਾਂਧ ਕੇ ਨਾ ਸਾਰਾ ਕੁਛ ਉੱਪਰ ਤੱਕ ਨੀਚੇ ਤੱਕ ਬਾਂਧ ਕੇ, ਇਸ ਮੇਰੇ ਮੂੰਹ ਤੇ ਐਸੇ ਸਰਾਣਾ ਦੇ ਗਏ ਜੀ। ਤੋ ਇਹ ਅਲਮਾਰੀ ਲੋਕ ਕੇ ਬਾਅਦ ਮੇਰੇ ਕੋ ਇਸਕਾ ਰਸਤਾ ਪਤਾ ਥਾ ਜੀ, ਇਹ ਬੰਦ ਕਰ ਗਏ, ਚਾਬੀ ਸਾਥ ਲੈ ਗਏ, ਮੇਰੇ ਕੋ ਇਸਕਾ ਪਤਾ ਥਾ। ਮੈਂ ਇਹ ਖੋਲ ਕੇ ਫਟਾਫਟ ਉੱਪਰ ਜਾ ਕੇ, ਮੈਂ ਕਿਹਾ ਬਾਹਰ ਨਿਕਲੀ ਤੋ ਕਹੀਂ ਦੁਬਾਰਾ ਨਾ ਆ ਜੇ। ਤੋ ਮੈਂ ਉੱਪਰ ਸੇ ਜਾ ਕੇ ਮੈਨੇ ਰੋਲਾ ਪਾਇਆ ਛੱਤ ਪੇ ਜਾ ਕੇ, ਇਧਰ ਸੇ ਬਾਹਰ ਲੋਬੀ ਸੇ ਤੇਜੀ ਅੰਕਲ ਔਰ ਆਂਟੀ ਆ ਰਹੇ ਥੇ, ਮੈਨੇ ਉਨਕੋ ਬਤਵਾਇਆ ਤੇਜੀ ਅੰਕਲ ਆਂਟੀ ਆ ਜਾਓ ਆ ਜਾਓ, ਲੁਟਕੇ ਲੈ ਗਏ ਲੁਟਕੇ ਲੈ ਗਏ।
ਤੇ ਫਿਰ ਕਿੰਨੇ ਵਜੇ ਕਾ ਸਮਾਂ ਹੋਗਾ? 2:30 ਵਜੇ ਦਾ। ਕਿੰਨੀ ਦੇਰ ਰਹੇ ਆ? 1 ਘੰਟਾ ਰਹੇ ਆ ਪੂਰਾ। ਮੈਂ ਸ਼ੋਪ ਤੇ ਸੀਗਾ, ਮਿਸਿਸ ਤੇ ਸਾਡੀ ਕੰਮ ਵਾਲੀ ਘਰੇ ਸੀਗੇ, ਤੇ ਮੇਰਾ ਡਾਕਟਰੀ ਦਾ ਕੰਮ ਵੀ ਹੈ, ਮੇਰੀ ਆਪਣੀ ਮੈਡੀਸਨ ਦੀ ਦੁਕਾਨ ਹੈ, ਤੇ ਉਹ ਇੱਥੇ ਪੋਚਾ ਲਾ ਰਹੀ ਸੀਗੀ, 1:45 ਦੀ ਗੱਲ ਹੈ, ਅਤੇ 3 ਮੁੰਡੇ ਆਏ, ਉਹ ਕਹਿੰਦੇ ਸੀ ਨੈੱਟਫਲਿਕਸ ਤੋਂ ਆਏ ਹੈ, ਕੁੰਡਾ ਕਿਤੇ ਕੁਦਰਤੀ ਖੁੱਲ੍ਹਾ ਸੀ, ਪੋਚੇ ਲਾ ਰਹੀ ਸੀ, ਉਹ ਅੰਦਰ ਵੜੇ, ਬਸ ਅੰਦਰ ਵੜਦੇ ਨੇ ਗਨ ਪੁਆਇੰਟ 'ਤੇ, ਫਿਰ ਇਹਨਾਂ ਨੂੰ ਬੰਦੀ ਬਣਾ ਲਿਆ, ਨਾਲ ਇਹਨਾਂ ਦੇ ਕੱਪੜੇ ਕੁੱਪੜੇ ਨਾਲ ਬੰਨ 'ਤੇ ਸਾਰਾ ਕੁਛ ਹੱਥ ਪਿਆ ਸਾਰਾ ਕੁਛ, ਅਤੇ ਉਹ ਕਹਿੰਦੇ ਉਹ ਜੇ ਰੌਲਾ ਪਾਇਆ ਅਸੀਂ ਮਾਰ ਦਾਂਗੇ, ਬਸ ਉਹ ਤੋਂ ਬਾਅਦ ਉਹਨਾਂ ਲੁੱਟ ਸੁੱਟ ਕੀਤੀ ਸਾਰੇ ਘਰਾਂ 'ਚੋਂ, ਨਿਗਦੀ ਵਗੈਰਾ ਵੀ ਪਈ ਸੀਗੀ, ਸੋਨਾ ਵਗੈਰਾ ਸੀਗਾ ਹੱਥਾਂ ਪੈਰਾਂ 'ਚ, ਉਹ ਵੀ ਲਵਾ ਲਿਆ ਸਾਰਾ, ਅਤੇ ਤਕਰੀਬਨ ਕੋਈ 2:30 ਵਜੇ ਦੇ ਕਰੀਬ ਮੈਨੂੰ ਫੋਨ ਆਇਆ ਦੁਕਾਨ 'ਤੇ ਕਿਸੇ ਦਾ ਵੀ ਤੁਹਾਡੇ ਘਰ ਇਸ ਤਰ੍ਹਾਂ ਹੋ ਗਈ, ਮਿਸਿਸ ਤੁਹਾਡੇ ਰੋ ਰਹੇ ਆ, ਅਤੇ ਮੈਂ ਬਸ ਉਹ 2:30 ਵਜੇ ਸਿੱਧਾ ਇੱਥੇ ਆਇਆ, ਮਤਲਬ ਕੱਪੜੇ ਵਗੈਰਾ ਉਹਨਾਂ ਨੇ ਮੂੰਹ ਮਾਡਲ ਪੇਟੇ ਹੋਏ ਸੀਗੇ, ਮਿਸਿਸ ਦੱਸਦੇ ਵੀ 3 ਜਣੇ ਸੀਗੇ, ਕੁੱਟਮਾਰ ਵੀ ਕੀਤੀ ਗਈ? ਕੁੱਟਮਾਰ ਵੀ ਕੀਤੀ ਹੈ, ਗੰਡਾਸਾ ਗੰਡੂਸਾ ਵੀ ਮਾਰਿਆ ਸੀਗਾ, ਅਤੇ ਹੱਥਾਂ ਪੈਰਾਂ ਦੇ ਟਾਂਕੇ ਵਗੈਰਾ ਲੱਗੇ ਉਹਨਾਂ ਦੇ। ਅਮਾਊਂਟ ਇਹ ਸੀ, ਮੈਂ ਬੈਂਕ 'ਚ ਕਢਵਾਇਆ ਸੀ, ਐਕਚੁਲੀ ਮੈਂ ਪਲਾਟ ਲਿੱਤਾ ਇੱਥੇ, ਉਹਦਾ ਥੋੜ੍ਹੀ ਮੈਂ ਰਜਿਸਟਰੀ ਕਰਵਾਉਣੀ ਸੀ, ਉਹਦੀ ਨਗਰੀ ਮੈਂ ਲੈ ਕੇ ਆਇਆ ਸੀਗਾ, ਅਤੇ ਕੁਛ ਇਹਨਾਂ ਘਰ ਪਈ ਹੁੰਦੀ ਨਗਰੀ ਵਗੈਰਾ, ਬਸ ਉਹ ਸਾਰਾ ਕੁਛ ਸੀਗਾ। ਅੰਦਾਜ਼ਾ ਸਹੀ ਜੀ 15 ਲੱਖ ਰੁਪਇਆ ਹੈਗਾ ਸੀ, 10 ਮੇਰੇ ਕੋਲ ਨਗਦ ਪਿਆ ਸੀ ਘਰੇ, 5 ਮੈਂ ਲਿੱਤਾ ਪਲਾਟ ਵਾਸਤੇ, ਮੈਂ ਕੱਲ੍ਹ ਪਰਸੀ ਕਢਵਾ ਕੇ ਲੈ ਕੇ ਆਇਆ। ਗੋਲਡ ਸੀਗੇ 2 ਉਹਨਾਂ ਦੇ ਕੜੇ ਸੀਗੇ, ਉਹ ਹੈਗਾ ਤਕਰੀਬਨ। ਦੇਖੋ ਜੀ ਜਿਸ ਤਰ੍ਹਾਂ ਦਾ ਕੰਡੀਸ਼ਨ ਅੰਦਰ ਮੈਂ ਦੇਖੀ ਹੈ, ਜਿਵੇਂ ਚਾਬੀਆਂ ਚੁਬੀਆਂ ਉਹਨਾਂ ਨੇ ਲੱਭੀਆਂ, ਲੱਗਦਾ ਜਿਵੇਂ ਕੋਈ ਜਾਣ ਪਛਾਣ ਵਾਲਾ ਹੀ ਹੋਊਗਾ, ਕੋਈ ਜਿਹਨੂੰ ਪਤਾ ਹੋਊਗਾ ਇੱਥੇ ਚੀਜ਼ ਪਈ ਹੈ। ਇੱਦਾਂ ਜੀ ਇੱਥੇ ਕੁਲਭੂਸ਼ਣ ਜੈਨ ਹੋਰੀ ਹੈ ਕਿ ਜਿਹਨਾਂ ਦੀ ਮੈਡੀਕਲ ਦੀ ਸ਼ੋਪ ਆ, ਉਹਨਾਂ ਦੀ ਵਾਈਫ ਤਾਂ ਉਹਨਾਂ ਦੀ ਮੇਡ ਆ ਜਿਹੜੀ ਘਰ ਸੀ, ਅਤੇ ਉਹ ਜਦੋਂ ਘਰ ਸਨ ਤਾਂ ਗੇਟ 'ਤੇ ਉਹ ਮੇਡ ਪੋਚਾ ਲਾ ਰਹੀ ਸੀ, ਗੇਟ ਖੁੱਲ੍ਹਾ ਸੀ, ਅਤੇ ਉਹਨਾਂ ਨੇ ਦੱਸਿਆ ਕਿ ਬੰਦੇ 3 ਆਏ ਨੇ ਜਿਨ੍ਹਾਂ ਕੋਲ ਕਿਰਚਾਂ ਅਤੇ ਵੈਪਨ ਸੀ, ਆ ਕੇ ਉਹਨਾਂ ਨੂੰ ਬੰਧਕ ਬਣਾ ਕੇ ਘਰ ਦੀ ਫੋਲਾ ਫਰਾਲੀ ਕਰਕੇ ਅਤੇ ਇਹਨਾਂ ਨੂੰ ਲੁੱਟ ਕੇ ਫਿਰ ਲੈ ਗਏ। ਇਹ ਉਹਨਾਂ ਦੇ ਜਾਣ ਤੋਂ ਬਾਅਦ ਜਦੋਂ ਇਹਨਾਂ ਨੇ ਆਪਣੇ ਆਪ ਨੂੰ ਫਰੀ ਕੀਤਾ, ਫਿਰ ਇਹਨਾਂ ਨੇ ਪੁਲਿਸ ਨੂੰ ਇਨਫੋਰਮ ਕੀਤਾ। ਕਿੰਨੀ ਕੁ ਲੁੱਟ ਹੋਈ ਅੰਦਰ ਜਾਂ? ਇਹ ਹਜੇ ਅਸੀਂ ਅਸੈਸ ਕਰ ਰਹੇ ਹਾਂ ਜੀ, ਥੋੜ੍ਹੇ ਟਾਈਮ ਨੂੰ ਪਤਾ ਲੱਗੂਗਾ ਐਗਜੈਕਟ ਅਮਾਊਂਟ ਕਿੰਨੀ ਹੈ। ਨਹੀਂ ਹਜੇ ਉਹ ਲਿਖਾ ਰਹੇ ਨੇ, ਅਜੇ ਤਾਂ ਜਿੱਦਾਂ ਲੇਡੀਜ਼ ਦੇ ਉਹਨਾਂ ਨੇ ਹੱਥ 'ਚ ਪਾਈ ਸੀ ਕੰਗਨ ਉਹ ਲੈ ਗਏ, ਜਾਂ ਉਹਨਾਂ ਦੇ ਜਿਹੜੇ ਸੈੱਟ ਸੀ ਜਾਂ ਪਰਸ 'ਚ ਰੁਪਏ ਸੀ ਉਹ ਹਜੇ ਤਾਂ ਕਨਫਰਮ ਨਹੀਂ। ਹਾਂਜੀ ਇਹ ਅਰਾਊਂਡ 1.5 ਤੋਂ 2:30 ਦੇ ਵਿੱਚ ਹੋਇਆ ਜੀ ਸਾਰਾ ਕੁਛ। ਲੈ ਰਹੇ ਹਾਂ ਜੀ, ਦੇਖ ਰਹੇ। ਮੈਡਮ ਕਿੰਨੇ ਜਣੇ ਸੀਗੇ? 3 ਜਣੇ ਥੇ। ਅੱਛਾ ਕੈਸੇ ਆਏ ਹੋ ਇਹ ਪਤਾ ਹੈ ਆਪਕੋ? ਕੁਛ ਨਹੀਂ, ਮੈਂ ਯਹਾਂ ਪੇ ਲੇਟੀ ਹੋਈ ਥੀ ਜੀ, ਔਰ ਬਾਹਰ ਮੇਡ ਕੰਮ ਕਰ ਰਹੀ ਥੀ, ਤੋ ਦਰਵਾਜ਼ਾ ਖੁੱਲ੍ਹਾ ਕਰਕੇ ਜੀ, ਵੋ ਬੰਦ ਨਹੀਂ ਥੀ ਕੁੰਡੀ ਜੀ, ਤੋ ਕੰਮ ਕਰ ਰਹੀ ਥੀ, ਉਸਕੋ ਆਏ ਔਰ ਉਸਕੀ ਗਨ ਰੱਖ।